ਭਾਵੇਂ ਕਿ ਕੇਂਦਰ ਸਰਕਾਰ ਦੇ ਅੜੀਲੇ ਰਵੱਈਏ ਦੇ ਕਾਰਨ ਕਿਸਾਨ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ, ਪਰੰਤੂ ਅੱਜ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਇਸ ਦੀ ਤਾਜ਼ਾ ਮਿਸਾਲ ਲਾਬਾ ਹਲਕੇ ਦੇ ਪਿੰਡ ਕਨੋਕੜੀ ਵਿਖੇ ਦੇਖਣ ਨੂੰ ਮਿਲੀ, ਜਿੱਥੇ ਕਿਸਾਨਾਂ ਵੱਲੋਂ 4 ਲੱਖ ਦੀ ਕੀਮਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਟਰਾਲੀ ਤਿਆਰ ਕਰਵਾਈ ਗਈ, ਜਿਸ ਵਿੱਚ ਬੈਠ ਕੇ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਟਿੱਕਰੀ ਵਾਰਡਨ ਨੂੰ ਰਵਾਨਾ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਸਨ। ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ਇਸ ਟਰਾਲੀ ਵਿੱਚ AC ਪੱਖੇ ਅਤੇ ਲਾਈਟ ਦੀ ਸੁਵਿਧਾ ਉਪਲਬਧ ਹੈ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਅੜੀਅਲ ਹੈ ਤਾਂ ਕਿਸਾਨ ਵੀ ਅੜੀਅਲ ਰਵੱਈਆ ਅਪਣਾਉਣਗੇ। ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਦਿੱਲੀ ਦੇ ਬਾਰਡਰਾਂ ਤੇ ਡਟੇ ਰਹਿਣਗੇ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਹਰਾਉਣ ਲਈ ਪੂਰੀ ਬਾਹਰ ਲਗਾਈ ਜਾਵੇਗੀ। ਇਹ ਜੀ ਮੌਸਮ ਨੂੰ ਦੇਖਦੇ ਹੋਏ ਜੋ ਕੱਚੀ ਮੌਸਮ ਚੱਲ ਰਹੀ ਆ, ਸੋ ਜਿਹੜੇ ਉਰੇ ਕਿਸਾਨ ਨੇ ਉਹ ਆਪਣੇ ਘਰਾਂ ਦੇ ਵਿੱਚ ਵੀ AC ਲਾ ਕੇ ਪੱਖੇ ਲਾ ਕੇ ਸੌਂਦੇ ਨੇ, ਸੋ ਪੂਰੀ ਸੁਵਿਧਾ ਗੱਦੇ ਲਾ ਕੇ AC ਲਾ ਕੇ, ਕਿਉਂਕਿ ਉੱਥੇ ਵੀ ਇਸੀ ਤਰ੍ਹਾਂ ਸੌਣ। ਇਹ ਕੁੱਲੀਆਂ ਬਣਾ ਕੇ ਜਿਹੜੇ ਅਸੀਂ ਸਾਨੂੰ ਆਏ ਤੀ ਵੀ ਮੋਦੀ ਛੇਤੀ ਮੰਨ ਜੂਗਾ, ਪਰ ਉਹ ਵੀ ਅੜੀਅਲ ਆ, ਉਸ ਤੋਂ ਜ਼ਿਆਦਾ ਇਹ ਕਿਸਾਨ ਵੀ ਅੜੀਅਲ ਨੇ। ਜੇ ਮੋਦੀ ਨਹੀਂ ਮੰਨਦਾ ਤਾਂ ਮੁੜ ਕੇ ਉੱਥੋਂ ਕਿਸਾਨ ਵੀ ਨਹੀਂ ਆਉਂਦੇ, ਜੋਗਲ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਜੀ। ਉਸ ਨੂੰ ਮੱਦੇਨਜ਼ਰ ਇਹ ਟਰਾਲੀ ਤਿਆਰ ਕਰਵਾਈ ਗਈ। ਇਹਦੇ ਕੀ ਸਹੂਲਤਾਂ ਨੇ? ਇਹਦੇ ਵਿੱਚ AC ਦੀ ਸਹੂਲਤ ਆ, ਪੱਖੇ ਲੱਗੇ ਹੋਏ ਨੇ, ਇਨਵਰਟਰ ਆ ਜੀ, ਜੋ ਜਿਹੜੀ ਉੱਥੇ ਇਹਦੀ ਰਹਿੰਦੀ ਕਾਰਵਾਈ ਆ ਉੱਥੇ ਜਾ ਕੇ ਅਸੀਂ ਤਿਆਰ ਕਰਵਾਉਣੀ ਆ ਜੀ। ਡਾਊਨ ਸੀਲਿੰਗ ਆ ਜਿਹੜੀ ਉਹ ਵੀ ਉੱਥੇ ਜਾ ਕੇ ਅਸੀਂ ਕਰਵਾਉਣੀ ਆ ਜੀ। ਪੱਖੇ AC ਸਾਰੀ ਸਹੂਲਤਾਂ? ਹਾਂਜੀ ਹਾਂਜੀ, ਇਨਵਰਟਰ ਤੋਂ ਲੈ ਕੇ ਜੀ। ਠੀਕ ਹੈ, ਅਤੇ ਇਹਦੀ ਕੀਮਤ ਕਿੰਨੀ ਕਿੰਨੇ ਖਰਚਾ ਆ ਗਿਆ? ਇਹ 3.5 ਤੋਂ ਲੈ ਕੇ 4 ਲੱਖ ਰੁਪਏ ਤੱਕ ਦਾ ਖਰਚਾ, ਜੋ ਚੱਲਦਾ ਫਿਰਦਾ ਘਰ ਹੈ। ਇਹ 24 ਫੁੱਟਾ ਟਰਾਲਾ, 20 ਫੁੱਟ ਤਿਆਰ ਕਰਵਾਇਆ, 4 ਫੁੱਟ ਜਗ੍ਹਾ ਅਸੀਂ ਪਿੱਛੇ ਕੁਰਸੀਆਂ ਲਗਾ ਕੇ ਬੈਠਣ ਵਾਸਤੇ, ਸੋ ਜਿਸ ਤਰ੍ਹਾਂ ਪਾਰਕ ਦੇ ਵਿੱਚ ਬਹਿੰਦੇ ਨੇ ਉਹ ਪੂਰੀ ਸਹੂਲਤ ਤਿਆਰ ਕਰੀ। ਬਾਬਾ ਜੀ, ਲੰਬਾ ਸਮਾਂ ਹੋ ਗਿਆ ਕਿਸਾਨ ਜਿਹੜੇ ਡਟੇ ਹੋਏ ਨੇ ਦਿੱਲੀ ਦੀਆਂ ਬਾਰਡਰਾਂ 'ਤੇ, ਪਰ ਕੇਂਦਰ ਸਰਕਾਰ ਮੰਨ ਨਹੀਂ ਰਹੀ। ਉਹ ਮੰਨ ਜੂ ਜੀ, ਜੇ ਕੋਈ ਵੀ ਹੈ ਨਾ ਅੜੀਅਲ ਜਿਹੜਾ ਬੰਦਾ ਹੁੰਦਾ, ਉਸ ਨੂੰ ਜਿੰਨਾ ਚਿਰ ਨੱਕੋਂ ਚੋ ਕੇ ਭੁੰਜੇ ਨਹੀਂ ਡਿੱਗਦੀ, ਉਨਾ ਚਿਰ ਉਹ ਮੰਨਦਾ ਨਹੀਂ ਹੁੰਦਾ। ਉਹਨੇ ਸਬਕ ਨਹੀਂ ਸਿੱਖਿਆ ਵੀ ਇਹਦੇ ਵਿੱਚ, ਦੇਖੋ ਪਿਛਲੇ ਇਤਿਹਾਸ ਨੂੰ ਪੜ੍ਹ ਲਈਏ, ਕੋਈ ਵੀ ਬੰਦੇ ਨੇ ਅੜੀਅਲ ਵਤੀਰਾ ਅਪਣਾਇਆ ਉਹਦਾ ਨਾਸ ਹੀ ਹੋਇਆ। ਚਾਹੇ ਉਹ ਰਾਵਣ ਸੀ, ਚਾਹੇ ਉਹ ਕੈਰੋਂ ਸੀਗੇ, ਚਾਹੇ ਉਹ ਔਰੰਗਜ਼ੇਬ ਸੀ, ਅਬਦਾਲੀ ਵਰਗੇ, ਅਖੀਰੀ ਅੜੀਅਲ ਵਤੀਰੇ ਨੇ ਹੀ ਉਹਨਾਂ ਦਾ ਨਾਸ ਕੀਤਾ। ਇਹਦਾ ਵੀ ਨਾਸ ਹੋਊਗਾ ਹੁਣ ਭਾਜਪਾ ਦਾ। ਇਹਨੇ ਸਬਕ ਨਹੀਂ ਸਿੱਖਿਆ ਵੀ ਮੈਨੂੰ ਬੰਗਾਲ ਦੇ ਵਿੱਚ ਜਾਂ ਜਿਹੜੀਆਂ ਸਟੇਟਾਂ ਦੇ ਵਿੱਚ ਹੋਈ ਸੀ ਵੀ ਉੱਥੇ ਕੀ ਸਬਕ ਮਿਲਿਆ। ਇਹ ਚਾਲਾਂ ਬੜੀਆਂ ਚੱਲ ਰਿਹਾ, ਕਦੇ ਕਿਸੇ ਦੇ ਖਰੀਦ ਦੇ ਕਰਦਾ ਪੈਸੇ ਨਾਲ, ਕਦੇ ਕੁਛ ਕਰਦਾ, ਪਰ ਅਸੀਂ ਆਉਣ ਵਾਲੀਆਂ 22 ਦੀਆਂ ਚੋਣਾਂ ਵਿੱਚ ਇਹਨੂੰ ਸਬਕ ਸਿਖਾ ਦਿਆਂਗੇ। ਇਹਦੀ ਜਦ ਬਹੁਤ ਸਹਿਮਤੀ ਟੁੱਟ ਜੂਗੀ, ਇਹ ਵੀ ਗਿਆ, ਉਦੋਂ ਬਾਅਦ ਇਹਨੂੰ ਮੰਨਣਾ ਹੀ ਪੈਣਾ ਹੈ। ਜਦ ਇਹ ਰਿਹਾ ਹੀ ਨਾ ਤਾਂ ਉਹ ਰਹਿ ਕੀ ਗਿਆ ਪੱਲੇ ਕਿਸੇ ਦੇ? ਅੱਗੇ ਪੰਜਾਬ ਦੀਆਂ ਵੀ ਯੂਪੀ ਦੀਆਂ ਚੋਣਾਂ ਆਉਣੀਆਂ ਨੇ, ਕਿਹਾ ਜਾ ਤੁਹਾਡਾ ਵਤੀਰਾ? ਮੈਂ ਇਹੀ ਚੀਜ਼ 'ਤੇ ਬੇਨਤੀ ਕਰੀ ਆ ਵੀ ਜਿਹੜੀਆਂ 22 ਦੀਆਂ ਚੋਣਾਂ ਆਉਣ ਵਾਲੀਆਂ ਨੇ, ਕਈ ਸਟੇਟਾਂ 'ਚ ਆਉਣ ਵਾਲੀਆਂ ਨੇ, ਉੱਥੇ ਇਹਨੂੰ ਇਹਦਾ ਰਿਜ਼ਲਟ ਮਿਲ ਜੂਗਾ। ਜਦ ਉੱਥੇ ਇਹਦੇ ਕਿਸੇ ਨੇ ਕੋਈ ਮੈਂਬਰ ਆਇਆ ਹੀ ਨਾ ਲੋਕ ਸਭਾ 'ਚ, ਤਾਂ ਇਹ ਖਤਮ ਹੋ ਜੂਗਾ। ਇਸੇ ਵਾਸਤੇ ਖਤਮ ਹੁੰਦੇ ਆਏ ਨੇ ਜਿਨ੍ਹਾਂ ਨੇ ਵੀ ਅੜਿਆ। ਅਤੇ ਜਿਹੜਾ ਜਿਵੇਂ ਪੰਜਾਬ ਹੈ, ਹਾਂਜੀ, ਕੋਈ ਵੀ ਜਿਹੜੀ ਲਹਿਰ ਚੱਲਦੀ ਆ ਉਹਦਾ ਸ਼ੁਰੂਆਤ ਪੰਜਾਬ ਤੋਂ ਹੁੰਦੀ ਹੈ, ਇਹਦਾ ਕਾਰਨ ਕੀ ਹੈ? ਇਹ ਤਾਂ ਸਾਡੇ ਗੁਰੂ ਦੀ ਪਹਿਲਾਂ ਤੋਂ ਜ਼ੁਲਮ ਨਾਲ ਟੱਕਰ ਲੈਣ ਦੀ ਖਾਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦੀ ਬਾਂਹ ਫੜੀ ਸੀ। ਅਸੀਂ ਵੀ ਇਹੀ ਚੀਜ਼ ਦੇ ਉੱਤੇ ਸਬਕ ਦੇ, ਸਾਡੇ ਖੂਨ ਦੇ ਵਿੱਚ ਰਚੀ ਵੀ ਹੈ ਵੀ ਅਸੀਂ ਜਿਹੜਾ ਇਹ ਅਨਿਆਏ ਹੋ ਰਿਹਾ ਕਰ ਰਿਹਾ ਸੈਂਟਰ ਸਰਕਾਰ, ਸੈਂਟਰ ਸਰਕਾਰ ਦੇਖੋ ਮੈਂ ਸਰਬਸਾਮੀ ਕਰੀਆਂ, ਉਸ ਪੰਜਾਬ ਨੇ ਅਬਦਾਲੀ ਦੇ ਹਮਲੇ ਅਫਗਾਨ 'ਚੋਂ ਉੱਠ ਕੇ ਆਉਂਦੇ ਰਹੇ ਨੇ, ਬੜੇ ਜ਼ਬਰ ਇਹ ਡਟ ਕੇ ਵਿਰੋਧ ਕਰਦੇ ਰਹੇ ਨੇ। ਇਹਨਾਂ ਨੇ ਹਰ ਔਕੜ ਦਾ ਮੁਕਾਬਲਾ ਕੀਤਾ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਗੁੜਤੀ ਵਿੱਚ ਦਿੱਤਾ ਗਿਆ ਇਹ ਵੀ ਅਸੀਂ ਜ਼ੁਲਮ ਨਾਲ ਟੱਕਰ ਲੈਣੀ ਲੈਣੀ ਹੈ। ਜਿਹੜੇ ਟਰਾਲੇ ਵੀ ਤਿਆਰ ਕਰੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਸੀ, ਹਨੇਰੀਆਂ ਬੁੱਲੇ ਆਉਂਦੇ ਨੇ ਵੀ ਸ਼ਾਇਦ ਇਹਨਾਂ ਨਾਲ ਇਹ ਡਰ ਕੇ ਭੱਜ ਜਾਣਗੇ ਜਾਂ ਠੰਡਾ ਗਰਮੀਆਂ ਆ ਰਹੇ ਨੇ, ਪਰ ਨਹੀਂ, ਸਾਡੇ ਵਿੱਚ ਜਜ਼ਬਾ ਇੰਨਾ। ਜੇ ਅਸੀਂ ਬੰਜਰ ਜ਼ਮੀਨਾਂ ਨੂੰ ਚੱਲਦੀਆਂ ਕਰ ਸਕਦੇ ਹਾਂ, ਇਹ ਭੁੱਲ ਗਏ ਨੇ ਕਿੱਥੇ ਇਹ ਕਣਕਾਂ ਬਾਹਰੋਂ ਮੰਗਾਉਂਦੇ ਹੁੰਦੇ, ਕਦੇ ਰਸੀਆਂ 'ਚੋਂ ਮੰਗਾਉਂਦੇ ਸੀ, ਕਦੇ ਅਮਰੀਕਾ 'ਚ ਮੰਗਾਉਂਦੇ ਸੀ। ਅੱਜ ਇਹ ਕਿਸਾਨ ਨੇ ਇਹਨਾਂ ਦਾ ਇੰਨਾ ਪੇਟ ਭਰਤਾ, ਇਹ ਉਸ ਨੂੰ ਰਿਜੈਕਟ ਕਰਨ 'ਤੇ ਲੱਗੇ ਪਏ ਨੇ, ਬਰਬਾਦ ਕਰਨ 'ਤੇ। ਇਹਦੀ ਕੁਆਲਿਟੀ ਨਹੀਂ ਬਣਦੀ, ਸਿਰਫ ਇਹ ਕੁਆਲਿਟੀ ਦੇ ਬਹਾਨੇ ਨੇ, ਇਹ ਲੁੱਟਣ ਦੇ ਮਸਲੇ ਨੇ। ਇਹਨਾਂ ਨੂੰ ਗੁਲਾਮ ਬਣਾ ਕੇ ਵੀ ਅਸੀਂ ਆਪਦੇ ਬਣਾ ਕੇ ਰੱਖੀਏ, ਅਸੀਂ ਮਰਜ਼ੀਆਂ ਕਰੀਏ, ਕਦੇ ਚੌਕੀਦਾਰ ਦੱਸਦੇ ਨੇ, ਕਦੇ ਕੁਛ ਦੱਸਦੇ ਨੇ, ਸਿਰਫ ਇੱਕ ਲੁੱਟਣ ਦੇ ਬਹਾਨੇ ਨੇ ਇਹਨਾਂ ਦੇ। ਜਾਣ ਦੀ ਤਿਆਰੀਆਂ ਨੇ ਫਿਰ? ਹਾਂਜੀ, ਦਿੱਲੀ ਦਾ ਅਸੀਂ ਡਟੇ ਹੋਏ ਹਾਂ, ਪਹਿਲਾਂ ਵੀ ਡਟੇ ਹੋਏ ਸੀ, ਹੁਣ ਵੀ ਡਟੇ ਹੋਏ ਹਾਂ, ਹੁਣ ਵੀ ਜਾਵਾਂਗੇ। ਬੀਬੀਆਂ ਭੈਣਾਂ ਬੱਚੇ ਵੀ ਜਾਂਦੇ ਹਾਂ, ਜਾਵਾਂਗੇ, ਜਾਂਦੇ ਰਹਾਂਗੇ ਜਿੰਨਾ ਚਿਰ ਇਹ ਸਾਡੇ ਇਹ ਚੀਜ਼ ਕਾਨੂੰਨਾਂ ਨੂੰ ਰੱਦ ਨਹੀਂ ਕਰਦਾ। ਠੀਕ ਹੈ। ਦਿੱਲੀ।
ਕਿਉਂ ਕੀ ਕਰਨ ਜਾ ਰਹੇ ਹੋ ਅਸੀਂ ਆਪਣੇ ਕਾਨੂੰਨ ਹੱਕ ਮੰਗਣ ਜਾ ਰਹੇ ਹਾਂ ਜੇ ਮੋਦੀ ਆ ਜਿਹੜੇ ਮੋਦੀ ਕਿਸਾਨਾਂ ਦੀ ਗੱਲ ਨਹੀਂ ਸੁਣ ਰਿਹਾ ਨਹੀਂ ਸੁਣ ਰਿਹਾ ਜੇ ਨਾ ਸੁਣੀ ਫਿਰ ਕਦੋਂ ਤੱਕ ਸੰਘਰਸ਼ ਜਾਰੀ ਰੱਖੋਗੇ ਜਦੋਂ ਤੱਕ ਮੋਦੀ ਕਾਨੂੰਨ ਨਹੀਂ ਰੱਦ ਕਰਦਾ ਕੀ ਕਹਿਣਾ ਚਾਹੁੰਦੇ ਹੋ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਸੀਂ ਐਂ ਕਹਿਣਾ ਚਾਹੁੰਦੇ ਹਾਂ ਕਿ ਵੀ ਮੋਦੀ ਵੀ ਸਾਡੇ ਜਿਹੜੇ ਕੰਮ ਵੀ ਵਾਪਸ ਲੈ ਲਾ ਹਾਂ ਪੁੱਤ ਕੀ ਕਹਿਣਾ ਚਾਹੁੰਦੇ ਹੋ ਕਿ ਮੋਦੀ ਸਾਡੇ ਹੱਕ ਵਾਪਸ ਲੈ ਕੀ ਕੀ ਮੰਗ ਹੈ ਜਿਹੜਾ ਕਾਨੂੰਨ ਰੱਦ ਕਰਵਾਉਣੇ ਨੇ ਹਾਂਜੀ ਜੇ ਨਾ ਕਾਨੂੰਨ ਰੱਦ ਕਰੇ ਫਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਆਪਣਾ ਮੋਦੀ ਸਾਨੂੰ ਸਾਡੇ ਹੱਕ ਵਾਪਸ ਦੇਵੇ ਅਤੇ ਜਦੋਂ ਤੱਕ ਮੋਦੀ ਨੇ ਸਾਡੇ ਹੱਕ ਨਹੀਂ ਦਿੱਤੇ ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ ਹਾਂ ਵੀ ਤਾਂ ਦਿੱਲੀ ਜਾਣ ਦੀ ਤਿਆਰੀ ਹੈ ਠੀਕ ਹੈ ਫਿਰ ਲੰਬਾ ਜਿੰਨਾ ਚੱਕਰ ਜੀ ਚੱਲੀ ਜਾਊਗਾ ਨਹੀਂ ਸਾਡੇ ਹੱਕ ਮੋੜੂਗਾ ਮੋਦੀ ਉਹਨਾਂ ਚੱਕਰ ਅਸੀਂ ਬੈਠੇ ਰਹਾਂਗੇ ਜੀ ਕਿਸਾਨ ਘਰੇ ਫਿਰ ਕੰਮ ਕਾਰ ਦੀਆਂ ਸਰਦਾ ਜੀ ਕੰਮ ਕਾਰ ਹੋਰ ਆਂਢੀ ਗੁਆਂਢੀ ਆਪ 'ਚ ਸਾਥ ਦੇਵਾਂਗੇ ਜੀ ਅਤੇ ਜੇ ਮਤਲਬ ਕੇਂਦਰ ਸਕੂਲ ਨੇ ਰੱਦ ਨਾ ਕਰੇ ਕਾਨੂੰਨ ਫਿਰ ਆਈ ਚੱਲੀ ਜਾਊਗਾ ਇਸ ਕਰਾਂਗੇ ਜੀ ਅਸੀਂ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।